जी ਕਿਰਪਾਲ ਸਾਹਿਬ ਤੁਹਾਡੀ ਗੁਫ਼ਤਗੂ ਸੁਣ ਕੇ ਤੇ ਬੜੀ ਖੁਸ਼ੀ ਹੋਈ ਹੈ ਤੇ ਇੱਕ ਮਸਲੇ ਦੀ ਪਲੀਜ਼ ਤੁਸੀਂ ਇੱਥੇ ਵਜ਼ਾਹਤ ਇਹ ਫਰਮਾਣੀ ਹੈ ਕਿ ਤੁਸੀਂ ਆਖਿਆ ਜੀ ਵੀ ਮਿਸਾਲ ਦੇ ਤੌਰ ਤੇ ਗੈਰ ਉੱਲਾ ਤੁਹਾਡੇ ਵਾਸਤੇ ਕੱਖ ਨਹੀਂ ਕਰ ਸਕਦੇ ਵੀ ਮਦਦ ਦੇ ਤੌਰ ਤੇ ਸਵਾਲ ਇੱਥੇ ਕਿ ਮੈਂ ਜਿਹੜਾ ਨਾ ਪੀਰਾਂ ਦੀ ਪਿਆਰੀ ਗੱਲ ਕਰਦਾ ਕਿਆ ਅਸੀਂ ਜਿਹੜੇ ਅਹਿਲੇ ਸੁਨਤ ਵਾਲ ਜਮਾਤ ਸੁੰਨੀ ਬਰੇਲਵੀ ਹਾਂ ਵੀ ਸਾਡੇ ਵਾਸਤੇ ਕੀ ਵੀ ਸਰਕਾਰ ਕੋਲੋਂ ਵੀ ਮਦਦ ਮੰਗਣੀ ਜਾਇਜ਼ ਜਾਂ ਨਹੀਂ ਜਾਇਜ਼? ਮੈਂ ਬੜਾ ਅੱਛਾ ਸਵਾਲ ਮੈਂ ਤੁਹਾਨੂੰ ਦੱਸਣਾ, ਬਹੁਤ ਸ਼ੁਕਰੀਆ ਹਜ਼ਰਾਤ ਜਿਹੜਾ ਮੇਰੇ ਸਵਾਲ ਕਰਨ ਵਾਲੇ ਦਾ ਬੜਾ ਅੱਛਾ ਸਵਾਲ ਹੈ, ਮਾਕੂਲ ਗੱਲ ਹੈ। ਮਦਦ ਜਿਹੜੀ ਨਾ ਜੀ, ਪਹਿਲੇ ਤੱਕਣਾ ਕਿ ਮੇਰੇ ਆਕਾ ਔਰ ਤੁਹਾਡੇ ਆਕਾ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ, ਆਪਣੇ ਜ਼ਿੰਦਗੀ ਚ ਕੀ ਕੀਤਾ, ਤੇ ਕਿਆ ਆਪਨੇ ਅੱਲਾ ਕੋਲੋਂ ਇਲਾਵਾ ਕਿਸੇ ਕੋਲ ਮਦਦ ਮੰਗੀ? ਠੀਕ ਹੈ ਨਾ, ਆਪ ਦਾ ਜਿਹੜਾ ਅਮਲ ਹੈ ਉਹ ਸੁਨਤ ਹੈ, ਸੁਨਤ ਹੈ ਮੁਸਤਫਾ ਇਹ ਹੈ ਕਿ ਅੱਲਾ ਕੋਲੋਂ ਮਦਦ ਮੰਗੋ ਔਰ ਅੱਲਾ ਤਾਲਾ ਆਪਣੇ ਕਰਮ ਨਾਲ ਬਾਜ ਚੀਜ਼ਾਂ। ਹਜ਼ੂਰ ਦੀ ਮਦਦ ਦਾ ਮਾਨਾ ਇਹ ਵੇ ਕਿ ਰਸੂਲੁੱਲਾ ਸੱਲਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਵਿੱਚ ਤੁਸੀਂ ਜਿਹੜੀ ਇਲਤਜਾ ਕਰਸੋ, ਹਜ਼ੂਰ ਦੇ ਆਲਮ ਬਰਜ਼ਖ ਵਿੱਚ ਅੱਲਾ ਦੀ ਬਾਰਗਾਹ ਵਿੱਚ ਜਿਹੜੇ ਹੱਥ ਉੱਠਦੇ ਨੇ, ਕਿਉਂਕਿ ਰਸੂਲੁੱਲਾ ਸੱਲਲਾਹੁ ਅਲੈਹਿ ਵਸੱਲਮ ਦੀ ਜ਼ਾਤ ਔਰ ਅੱਛੇ ਲੋਕਾਂ ਦੀ ਰੂਹਾਂ ਮਰਦੀਆਂ ਨਹੀਂ, ਇਹ ਅੱਜ ਵੀ ਕਬਰਾਂ ਵਿੱਚ ਜ਼ਿੰਦਾ ਨੇ ਔਰ ਹਜ਼ੂਰ ਅਲੈਹਿ ਸਲਾਤੁ ਵਸਲਾਮ ਤਾਂ ਆਪ ਦੀ ਹਯਾਤ ਮੁਬਾਰਕਾ ਉਸੇ ਤਰ੍ਹਾਂ ਜਿਸ ਤਰ੍ਹਾਂ ਆਪ ਜ਼ਾਹਿਰ ਬੈਠੇ ਹਨ, ਅਸੀਂ ਇੰਜ ਹੀ ਸਮਝਦੇ ਹਾਂ ਜਿਸ ਤਰ੍ਹਾਂ ਆਪ ਸਾਡੀ ਗੱਲ ਸੁਣ ਰਹੇ ਨੇ, ਤੇ ਹਜ਼ੂਰ ਅੱਲਾ ਤਾਲਾ ਆਪ ਤੱਕ ਗੱਲ ਜਿਹੜੀ ਪਹੁੰਚਾਉਣਾ ਚਾਹੇ ਉਹ ਪਹੁੰਚਦੀ ਔਰ ਆਪ ਸੁਣਦੇ ਨੇ, ਤੇ ਆਪ ਸਾਡੀਆਂ ਅਰਜ਼ਾਂ ਸੁਣ ਕੇ ਜਿਹੜੀ ਅੱਲਾ ਦੀ ਬਾਰਗਾਹ ਵਿੱਚ ਅਰਜ਼ ਕਰਦੇ ਨੇ ਇਹ ਆਪ ਦੀ ਮਦਦ ਹੈ, ਇਹ ਆਪ ਦੀ ਮਦਦ ਹੈ, ਤੇ ਮਦਦ ਕਰਦਾ ਅੱਲਾ ਹੀ ਹੈ, ਰਸੂਲ ਨੂੰ ਵੀ ਮਦਦ ਅੱਲਾ ਹੀ ਦਿੰਦਾ ਤੇ ਸਾਨੂੰ ਵੀ ਮਦਦ ਅੱਲਾ ਹੀ ਦਿੰਦਾ। ਫਰਕ ਇਹ ਵੇ ਕਿ ਅਸੀਂ ਅੱਛੇ ਕਿਸੇ ਦੀ ਬਾਰਗਾਹ ਵਿੱਚ ਅਰਜ਼ ਕਰ ਦੇਵਾਂ ਕਿ ਜਨਾਬ ਤੁਸੀਂ ਸਾਡੀ ਮਦਦ ਕਰੋ, ਕੀ ਮਤਲਬ ਹੈ ਕਿ ਜਨਾਬ ਤੁਸੀਂ ਅਰਜ਼ ਕਰੋ, ਵਲਾਉ ਅੰਨਹੁਮ ਇਜ਼ ਜ਼ਲਮੂ ਅਨਫੁਸਹੁਮ ਜਾਊ ਕਾ ਫਸਤਗਫਰੁਲਾਹ ਵਸਤਗਫਰ ਲਹੁਮ ਰਸੂਲੋ ਲਵਜਦੁਲਾਹ ਤਵਾਬਰ ਰਹੀਮਾ, ਕਿ ਇਹ ਖੁਦ ਵੀ ਆਉਣ ਅੱਲਾ ਦੀ ਬਾਰਗਾਹ ਵਿੱਚ ਹਾਜ਼ਰ ਹੋਣ ਤੇ ਰਸੂਲ ਵੀ ਦੀ ਬਾਰਗਾਹ ਵਿੱਚ ਵੀ ਆਉਣ ਤੇ ਰਸੂਲ ਫਿਰ ਇਹਨਾਂ ਵਾਸਤੇ ਅੱਲਾ ਦੀ ਬਾਰਗਾਹ ਵਿੱਚ ਅਰਜ਼ ਕਰੇ, ਅੱਲਾ ਇਹਨਾਂ ਨੂੰ ਮਾਫ਼ ਕਰ ਛੋੜ ਸੀ, ਇਹ ਰਸੂਲ ਅੱਲਾ ਦੀ ਮਦਦ ਹੈ। ਸਮਝ ਆਈ ਨਾ ਜੀ? ਤੇ ਇਹ ਰਸੂਲ ਅੱਲਾ ਦੀ ਮਦਦ ਦਾ ਮਫਹੂਮ।